ਜਿੱਦਾਂ ਰੋਡ ਪ੍ਰੋਸੈਸਿੰਗ ਦਾ ਸਾਡਾ ਜਿਹੜਾ ਕੀਤਾ ਜਾ ਰਿਹਾ ਸਾਰੀ ਮੋਗੇ ਜ਼ਿਲ੍ਹੇ ਦੀ ਇੰਡਸਟਰੀ ਵੱਲੋਂ ਇੰਡਸਟਰੀਅਲ ਫੋਕਲ ਪੁਆਇੰਟ ਦੇ ਸਾਰੇ ਮੈਂਬਰ ਮੇਰੇ ਨਾਲ ਖੜ੍ਹੇ ਆ ਔਰ ਅਸੀਂ ਹਮੇਸ਼ਾ ਅੱਗੇ ਵੀ ਕਿਸਾਨਾਂ ਦੇ ਹੱਕ 'ਚ ਰਹੇ ਹਾਂ ਅਸੀਂ ਕਿਸਾਨਾਂ ਵਾਸਤੇ ਹੀ ਸਾਰਾ ਇੱਥੇ ਬਿਜ਼ਨਸ ਕਰਦੇ ਹਾਂ ਕਿਸਾਨ ਸਾਡੇ ਅੰਨਦਾਤਾ ਅਸੀਂ ਇਹਨਾਂ ਬਗੈਰ ਕਿਸੇ ਕੰਮ ਦੇ ਨਹੀਂ ਸਾਰੀ ਦੁਨੀਆ ਦੇ ਵਿੱਚ ਇਹਨਾਂ ਦਾ ਇੱਕ ਐਸਾ ਸਿਸਟਮ ਚੱਲ ਰਿਹਾ ਜੋ ਵਿਧੀ ਦਾ ਵਿਧਾਨ ਬਣਿਆ ਹੋਇਆ ਵੀ ਕਿਸਾਨ ਨੇ ਬਣਾਉਣਾ ਉਸ ਤੋਂ ਬਾਅਦ ਘਰ ਘਰ ਜਾਣਾ ਮਾਲ ਖਾਣਾ ਇੰਡਸਟਰੀ ਚੱਲਣੀ ਹੈ ਸਭ ਦੀ ਦੁਕਾਨਦਾਰੀ ਚੱਲਣੀ ਆ ਸਭ ਦੇ ਘਰ ਚੱਲਣੇ ਆ ਇਸ ਕਰਕੇ ਜੇ ਕਿਸਾਨ ਹੀ ਸਾਡਾ ਖੁਸ਼ ਨਹੀਂ ਤਾਂ ਸਾਡੀ ਸਾਰੇ ਹਿੰਦੁਸਤਾਨ ਦੀ ਜਿਹੜੀ ਅਰਥ ਵਿਵਸਥਾ ਸਾਰੀ ਖਤਮ ਹੋ ਜੂਗੀ ਜਿਵੇਂ ਹੁਣ ਮੋਦੀ ਅੜਿਆ ਪਿਆ ਅਤੇ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅਸੀਂ ਉਹਨਾਂ ਨੂੰ ਹਰ ਸਪੋਰਟ ਦੇਵਾਂਗੇ ਜੇ ਸਾਨੂੰ ਦਿੱਲੀ ਵੀ ਜਾਣਾ ਪਿਆ ਦਿੱਲੀ ਵੀ ਜਾਵਾਂਗੇ ਨਾਲ ਉਹਨਾਂ ਦੇ ਅਸੀਂ ਤਨ ਮਨ ਧਨ ਨਾਲ ਉਹਨਾਂ ਦੀ ਸੇਵਾ ਵੀ ਕਰਾਂਗੇ ਜਿਸ ਤਰ੍ਹਾਂ ਕਿ ਸਮਾਜ ਦੇ ਸਾਰੇ ਹੀ ਵਰਗਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਸਪੋਰਟ ਕੀਤੀ ਜਾ ਰਹੀ ਹੈ ਜੋ ਮੋਗਾ ਦੀ ਇੰਡਸਟਰੀ ਹੈ ਉਹ ਸਾਰੀ ਹੈ ਹੀ ਖੇਤੀ ਪ੍ਰਧਾਨ ਹੈ ਸਾਰੇ ਇੱਥੇ ਐਗਰੀਕਲਚਰ ਦੀ ਹੱਬ ਹੈ ਐਗਰੀਕਲਚਰ ਇੰਪਲੀਮੈਂਟਸ ਬਣਦੇ ਹਨ ਕੰਬਾਈਨਾਂ ਸਮਾਨ ਬਣਦਾ ਹੈ ਔਰ ਇੱਕ ਤਰ੍ਹਾਂ ਨਾਲ ਸਾਰਾ ਕੁਝ ਕਿਸਾਨ 'ਤੇ ਹੀ ਨਿਰਭਰ ਕਰਦਾ ਹੈ ਔਰ ਛੋਟੇ ਕਿਸਾਨ 'ਤੇ ਨਿਰਭਰ ਕਰਦਾ ਹੈ ਜੋ ਸਰਕਾਰ ਦੁਆਰਾ ਜੋ ਕਾਰਪੋਰੇਟਾਂ ਨੂੰ ਪਹਿਲ ਦੇਣ ਲਈ ਜੋ ਨੀਤੀਆਂ ਬਣਾਈਆਂ ਗਈਆਂ ਹਨ ਅਸੀਂ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਔਰ ਕਰਦੇ ਰਹਾਂਗੇ ਵੀ ਤਨ ਮਨ ਧਨ ਨਾਲ ਦਿੱਲੀ ਵੀ ਜਾਣਾ ਪਿਆ ਉੱਥੇ ਵੀ ਜਾਵਾਂਗੇ ਕਿਸਾਨ ਇਸ ਜੋ ਇੰਡੀਆ ਹੈ ਉਸਦੀ 70% ਜੋ ਆਏ ਹੈ ਉਹ ਕਿਸਾਨੀ ਤੋਂ ਹੀ ਆਉਂਦੀ ਹੈ ਸਾਰੇ ਸਾਡੀ ਇੰਡਸਟਰੀ ਹੀ ਕਿਸਾਨ 'ਤੇ ਡਿਪੈਂਡੈਂਟ ਹੈ ਹੁਣ ਕਿਸਾਨ ਨੂੰ ਸਾਡੀ ਲੋੜ ਹੈ ਤਾਂ ਅਸੀਂ ਕਿਸਾਨ ਦੇ ਨਾਲ ਤਨ ਮਨ ਧਨ ਨਾਲ ਖੜ੍ਹੇ